ਆਮ ਆਦਮੀ ਪਾਰਟੀ ਦੀ ਟ੍ਰੇਡ ਅਤੇ ਇੰਡਸਟਰੀ ਸੈੱਲ ਦੀ ਮੀਟਿੰਗ ਸੀਗੀ, ਉਹ ਹੋਈ ਸੀਗੀ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਦੇਖੋ ਜੋ ਨਵੀਂ ਟੀਮ ਸਾਡੀ ਬਣੀ ਹੈ ਟ੍ਰੇਡ ਅਤੇ ਇੰਡਸਟਰੀ ਦੀ, ਉਹ ਸ਼ਾਮਿਲ ਹੋਏ ਸੀਗੇ। ਉਹਨਾਂ ਦੀ ਇਹ ਪਹਿਲੀ ਮੀਟਿੰਗ ਸੀਗੀ ਸਟੇਟ ਲੈਵਲ ਦੀ, ਔਰ ਇਹ ਮੀਟਿੰਗ ਕਾਫੀ ਸਕਸੈਸਫੁਲ ਰਹੀ। ਔਰ ਸਾਥ ਹੀ ਅਸੀਂ ਜੋ ਪੁਰਾਣੀ ਟੀਮ ਸੀਗੀ ਉਹਨਾਂ ਦਾ ਵੀ ਥੈਂਕਸ ਕੀਤਾ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਟ੍ਰੇਡ ਅਤੇ ਇੰਡਸਟਰੀ ਸੈੱਲ ਨੂੰ ਕਾਫੀ ਅੱਗੇ ਤੱਕ ਉਹ ਲੈ ਗਏ ਪਿਛਲੇ ਸਮਾਂ ਦੇ ਵਿੱਚ। ਅਤੇ ਇਹ ਇੱਕ ਤਾਂ ਇਹ ਸੀਗਾ ਕਿ ਸਾਡਾ ਜੋ ਸਾਡੀ ਨਵੀਂ ਟੀਮ ਹੈ ਉਹਨਾਂ ਨੇ ਟੇਕ ਓਵਰ ਕੀਤਾ, ਅਤੇ ਨਾਲ ਹੀ ਜੋ ਸਟੇਕ ਹੋਲਡਰ ਸੀਗੇ ਜਿਹੜੇ ਵੱਖ ਵੱਖ ਇੰਡਸਟਰੀ ਦੇ ਵੱਖ ਵੱਖ ਟ੍ਰੇਡ ਦੇ, ਉਹਨਾਂ ਦੇ ਨਾਲ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਜੋ ਗੱਲ ਸਾਹਮਣੇ ਆਈ ਹੈ ਉਹ ਸਾਰਾ ਅਸੀਂ ਸਮਰਾਈਜ਼ ਕਰਕੇ ਆਪਣੇ ਮੈਨੀਫੈਸਟੋ ਦਾ ਹਿੱਸਾ ਬਣਾਵਾਂਗੇ। ਅਤੇ ਬਹੁਤ ਹੀ ਸਕਸੈਸਫੁਲ ਇੱਕ ਮੀਟਿੰਗ ਸਾਡੀ ਰਹੀ। ਸਰ ਕਿੰਨਾ ਇੰਪੋਰਟੈਂਟ ਸਮਝਦੇ, ਕਿਉਂਕਿ ਬਿਜ਼ਨਸ ਜੋ ਹੈ ਉਹ ਪੰਜਾਬ ਦਾ ਖਾਸ ਤੌਰ 'ਤੇ ਅੰਮ੍ਰਿਤਸਰ ਦਾ ਖਤਮ ਹੁੰਦਾ ਜਾ ਰਿਹਾ ਹੈ, ਉਹ ਕਿਆ ਸਮਝਦੇ ਕਿ ਕਿੰਨੀ ਜ਼ਰੂਰੀ ਸੀ? ਦੇਖੋ, ਪੰਜਾਬ ਦਾ ਜੋ ਵੀ ਬਿਜ਼ਨਸ ਹੈ ਨਾ ਜੀ, ਇੱਕ ਪਰਿਵਾਰ ਨੇ ਕਬਜ਼ਾ ਕਰ ਲਿਆ ਅਤੇ ਸਾਰੇ ਵਪਾਰੀਆਂ ਨੂੰ, ਸਾਰੇ ਇੰਡਸਟਰੀਸਟ ਨੂੰ ਕੰਗਾਲ ਬਣਾ ਦਿੱਤਾ। ਅਤੇ ਇੱਕ ਪਰਿਵਾਰ ਦਾ ਕਬਜ਼ਾ ਚੱਲਦਾ ਆ ਰਿਹਾ ਹੈ ਕਈ ਸਾਲਾਂ ਤੋਂ। ਇਹ ਕਾਂਗਰਸ ਦੀ ਸਰਕਾਰ ਬਣੀ ਹੈ, ਉਹ ਸਰਕਾਰ ਦੇ ਵਿੱਚ ਵੀ ਉਹੀ ਪਰਿਵਾਰ ਹਾਵੀ ਹੈ ਹਰੇਕ ਬਿਜ਼ਨਸ ਦੇ ਉੱਤੇ, ਇੰਡਸਟਰੀ ਦੇ ਉੱਤੇ। ਸਾਡੀ ਸਰਕਾਰ ਆਏਗੀ, ਅਸੀਂ ਸਾਰਾ ਕੁਝ ਠੀਕ ਕਰ ਦੇਵਾਂਗੇ, ਕੋਈ ਹੱਲ ਨਹੀਂ। ਆਪੋਜੀਸ਼ਨ ਜੋ ਹੈ ਉਹ ਬੋਲ ਰਹੀ ਹੈ ਕਿ 2017 ਦਾ ਜੋ ਹੈ ਉਹ ਪਹਿਲੇ ਉਹ ਆਪਣਾ ਜੋ ਇਤਨਾ ਵੀ ਚੰਗਾ ਆਇਆ ਥਾ ਬਾਅਦ ਦੇ ਜੋ ਫੰਡ ਆਇਆ ਥਾ ਉਸ ਦੀ ਪਹਿਲੇ ਡਿਟੇਲ ਜੋ ਹੈ ਉਹ ਸਾਹਮਣੇ ਕੀ ਜਾਏਗਾ? ਚਲੋ, ਉਹ ਸਾਰਾ ਕੁਝ ਅਸੀਂ ਕਰਾਂਗੇ, ਸਰਕਾਰ ਤਾਂ ਆਉਣ ਦਿਓ, ਇਹ ਸਾਰਾ ਕੁਝ ਉਦੋਂ ਕਰਾਂਗੇ। ਸਰ ਕੌਣ ਸੇ ਮੁੱਦੇ ਉੱਪਰ ਅਭੀ ਇਲੈਕਸ਼ਨ ਲੜੀ ਜਾਏਗੀ ਆਮ ਪਾਰਟੀ? ਮੁੱਦੇ ਬਹੁਤ ਸਾਰੇ ਹੈ ਜੀ, ਉਹਦੇ ਵਿੱਚ ਇੰਡਸਟਰੀ ਵੀ ਇੱਕ ਮੁੱਦਾ ਹੈ, ਟ੍ਰੇਡ ਵੀ ਇੱਕ ਮੁੱਦਾ ਹੈ, ਅਤੇ ਬਾਕੀ ਬਹੁਤ ਸਾਰੇ ਚੀਜ਼ਾਂ, ਮਾਫੀਆ ਰੂਲ ਹੈ ਉਹ ਮੁੱਦਾ ਹੈ, ਸਾਰਾ ਕੁਝ ਮੁੱਦਾ ਰਹੇਗਾ। ਜੋ ਸਾਫ ਚਿਹਰੇ ਕੀ ਬਾਤ ਕੀ ਜਾਤੀ ਥੀ, ਆਪਕੋ ਵੀ ਬਹੁਤ ਕਲੀਨ ਚਿਹਰਾ ਬੋਲਾ ਜਾ ਰਹਾ ਹੈ, ਆਪਕੇ ਚਿਹਰੇ ਪਰ ਜੋ ਹੈ ਪੰਜਾਬ ਕੀ ਇਲੈਕਸ਼ਨ ਖੇਲੀ ਜਾ ਰਹੀ ਹੈ। ਦੂਸਰੀ ਤਰਫ ਜੋ ਹੈ ਨਵਜੋਤ ਸਿੰਘ ਸਿੱਧੂ ਹੈ, ਉਨਕੋ ਵੀ ਕਲੀਨ ਚਿਹਰਾ ਜੋ ਹੈ ਉਹ ਬੋਲਾ ਜਾ ਰਹਾ ਹੈ। ਕੈਸੇ ਸਮੇਂ ਤੋਂ ਦੋਨੋਂ ਕੀ ਫਾਈਟ ਅਗਰ ਹੋਤੀ ਹੈ ਤੋ ਕੈਸਾ ਰਹੇਗਾ? ਨਹੀਂ, ਦੋਨੋਂ ਕੀ ਕੋਈ ਫਾਈਟ ਨਹੀਂ ਹੋ ਰਹੀ ਹੈ, ਠੀਕ ਹੈ ਕਿ ਨਹੀਂ? ਫਾਈਟ ਆਈਡੀਓਲੋਜੀ ਕੀ ਹੋ ਰਹੀ ਹੈ, ਫਾਈਟ ਆਈਡੀਓਲੋਜੀ ਕੀ ਹੋ ਰਹੀ ਹੈ। ਉਧਰ ਦੇਖੋ, ਉਹ ਹੈ ਕਿ ਜੋ ਚਲਦੀ ਹੋਈ ਪੋਲੀਟਿਕਸ ਹੈ ਉਹਦੇ ਵਿੱਚ ਉਹ ਆਏ ਨੇ। ਇਹ ਜੋ ਸਾਡੀ ਜੋ ਪੋਲੀਟਿਕਸ ਹੈ, ਇੱਕ ਨਵੇਂ ਤਰੀਕੇ ਦੀ ਪੋਲੀਟਿਕਸ ਹੈ, ਜੋ ਅਸੀਂ ਬਦਲਾਅ ਦੀ ਰਾਜਨੀਤੀ ਕਰ ਰਹੇ ਹਾਂ। ਅਸੀਂ ਪੋਲੀਟਿਕਸ ਨੂੰ ਨਵੇਂ ਤਰੀਕੇ ਦੇ ਨਾਲ ਡਿਫਾਈਨ ਕਰਾਂਗੇ, ਜਿਸ ਦੇ ਵਿੱਚ ਰੋਲ ਸਭ ਤੋਂ ਜ਼ਿਆਦਾ ਆਮ ਜਨਤਾ ਦਾ ਹੋਊਗਾ, ਜਨਤਾ ਨੂੰ ਪਾਵਰਫੁਲ ਕਰਨਾ, ਨਾ ਕਿ ਦੇਖੋ ਉਹ ਪਰਿਵਾਰ ਦੀ ਰਾਜਨੀਤੀ ਹੁੰਦੀ ਹੈ, ਉਹ ਹਾਈ ਕਮਾਂਡ ਦੀ ਰਾਜਨੀਤੀ ਹੁੰਦੀ ਹੈ, ਇਹ ਆਮ ਲੋਕਾਂ ਦੀ ਰਾਜਨੀਤੀ ਹੈ। ਇਸ ਕਰਕੇ ਉਹਦੇ ਵਿੱਚ ਕੋਈ ਫਾਈਟ ਨਹੀਂ ਹੈ। ਆਮ ਪਾਰਟੀ ਵੱਲੋਂ ਸਰ ਕੀ ਤਿਆਰੀ ਕੀਤੀ ਗਈ ਹੈ ਇਲੈਕਸ਼ਨ? ਉਹ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਤੁਹਾਨੂੰ ਦੱਸ ਦਿੰਦੇ। ਮਤਲਬ ਤੁਸੀਂ ਸਿੱਧੂ ਕਹਿੰਦੇ ਕਿ ਬਾਅਦ ਡੈਮ ਪੂਰੇ ਕਰੂੰਗਾ? ਦੇਖੋ, ਅਸੀਂ ਕਿਸੇ ਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਮੈਂ ਉਹਨਾਂ ਨੂੰ ਵਧਾਈ ਦਿੱਤੀ ਹੈ ਅਤੇ ਹੁਣ ਵੀ ਤੁਹਾਡੇ ਰਾਹੀਂ ਵੀ, ਤੁਹਾਡੇ ਮਾਧਿਅਮ ਦੇ ਨਾਲ ਵੀ ਮੈਂ ਉਹਨਾਂ ਨੂੰ ਵਧਾਈ ਦੇ ਰਿਹਾ। ਪਹਿਲਾਂ ਵੀ ਵਧਾਈ ਦਿੱਤੀ ਹੈ ਕਿ ਉਹਨਾਂ ਨੂੰ ਪੋਸਟ ਮਿਲਿਆ ਹੈ। ਚਲੋ, ਇਹ ਤਾਂ ਆਮ ਜਨਤਾ ਨੇ ਦੇਖਣਾ ਹੈ ਜੀ। ਜੀ ਬਹੁਤ ਅਬ ਤੰਗ ਕਸ ਰਹੇ ਹੈ ਆਮ ਆਦਮੀ ਪਾਰਟੀ ਤੋਂ, ਵੀ ਬੋਲ ਰਹੇ ਕਿ ਜਿੰਨੇ ਪੈਸੇ ਬਾਹਰ ਸੇ ਆਏ ਉਨਕਾ ਪਹਿਲੇ ਹਿਸਾਬ ਦੀਆ ਜਾਏ ਆਮ ਆਦਮੀ ਪਾਰਟੀ ਤੋਂ 17 ਕੋ ਜੋ 2017 ਮੇਂ ਪੈਸੇ ਆਏ ਤੁਸੀਂ। ਯੋਗਰਾਜ ਜੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਤੁਸੀਂ ਬੁਲਾ ਦੇਣਾ, ਬਾਕੀ ਗੱਲ ਕਰਾਂਗੇ ਉਹਨਾਂ ਦੇ ਨਾਲ। ਕਾਂਗਰਸ ਨਵਜੋਤ ਸਿੱਧੂ ਵੱਲੋਂ ਕਹਿ ਰਹੇ ਕਿ ਜਿਹੜਾ ਮੈਂ ਪੰਜਾਬ ਦਾ ਇੱਕ ਮਾਡਲ ਚੇਂਜ ਕਰ ਦੂੰਗਾ, ਜਿਹੜੇ ਮੁੱਦੇ ਹੈਗੇ ਬੀਜੇਪੀ ਦਾ ਮੁੱਦਾ ਆ ਗਿਆ ਉਹ ਵੀ ਮੈਂ ਸਭ ਤੋਂ ਪਹਿਲਾਂ ਹੱਲ ਕਰਾਂਗਾ, ਕਿੱਦਾਂ ਦਿਲ ਲੱਗ ਰਿਹਾ ਨਵਜੋਤ? ਦੇਖੋ, ਇਹ ਸਾਰਾ ਕੁਝ ਤੁਹਾਨੂੰ ਮੈਂ ਦੱਸਾਂਗਾ, ਬੇਅਦਬੀ ਦਾ ਮੁੱਦਾ ਉਹਨਾਂ ਦੇ ਕੋਲ ਕਦੇ ਵੀ ਨਹੀਂ ਰਿਹਾ। ਮੇਰੇ ਰਿਜੈਕਨੇਸ਼ਨ ਦਾ ਜੇਕਰ ਕੋਈ ਇੱਕ ਵਿਅਕਤੀ ਨੇ ਫਾਇਦਾ ਉਠਾਇਆ ਹੈ ਤਾਂ ਉਹਨਾਂ ਨੇ ਉਠਾਇਆ।